ਅਸਲਾਮ ਅਲੈਕੁਮ ਮਾਰਕਾ ਸਵੇਰੇ 5 ਦਾ ਟਾਈਮ ਹੈ ਤਾਂ ਕੋਈ ਦਿਸਦਾ ਪਿਆ ਸੀ ਇਹ ਤਾਂ ਕੋਈ ਡਾਲਰ ਦੀ ਜ਼ਿਆਰਤ ਕਰਵਾ ਦੇਵਾਂ ਤਾਂ ਕਿ ਤੁਹਾਡੇ ਜਜ਼ਬੇ ਜਵਾਨ ਰਹਿਣ ਇਹ ਡਾਲਰ ਜ਼ਰੂਰੀ ਹੁੰਦੇ ਨੇ ਇਹ ਬੇ ਅਕਾਊਂਟ ਹੀ ਵੱਢਦੇ ਪੈਣ ਅਤੇ ਨਾਲ ਖਾਵਣ ਪੀਵਣ ਦਾ ਸਮਾਨ ਹੀ ਤਿਆਰ ਹੈ ਦੇਖੋ ਇਹ ਮੈਂ ਹਮੇਸ਼ਾ ਆਧਾਰ ਰਹਿੰਦਾ ਗਰੀਬ ਫ੍ਰੀਲਾਂਸਰਾਂ ਦੇ ਪਾਪੜ ਖਾਣਾ ਸੋਨ ਹਲਵਾ ਚੱਕਵਾਲ ਜਾਂ ਤਲੂੰਗੜੀਆਂ ਖਜੂਰਾਂ ਅਤੇ ਨਾਲੇ 2 ਕੱਪ ਚਾਹ 2 ਕੱਪ ਦਾ ਮਤਲਬ ਹੈ ਅੱਜ ਮੇਰੇ ਨਾਲ ਮਹਿਮਾਨ ਹੈ ਔਰ ਮਹਿਮਾਨ ਕੌਣ ਹੈ ਮਹਿਮਾਨ ਤੁਹਾਕੂ ਮੈਂ ਦਿਖੇਨਾ ਇਹ ਨਜ਼ਰ ਆਉਂਦਾ ਪਿਆ ਸ਼ੀਸ਼ੇ ਦੇ ਵਿੱਚ ਇਹ ਸਾਡਾ ਮਹਿਮਾਨ ਹੈ ਔਰ ਮਾਸ਼ਾਅੱਲਾ ਬਹੁਤ ਸੋਹਣਾ ਪਿਆਰਾ ਅਤੇ ਮਿੱਠਾ ਬਿਰਾ ਹੈ ਇਕੱਲਾ ਇਕੱਲਾ ਤੱਕ ਦਿਸਦਾ ਪਿਆ ਸੀ ਸ਼ੀਸ਼ੇ ਇਹ ਸੀ ਮੇਰੇ ਨਾਲ ਮਹਿਮਾਨ ਨਾਲ ਬੈਠੇ ਇਹ ਮਹਿਮਾਨ ਨੇ ਛੋਟਾ ਬਿਰਾ ਹੈ ਵੱਡਾ ਹੀ ਥੀ ਸਕਦੇ ਲੇਕਿਨ ਮੇਰੇ ਵਾਸਤੇ ਛੋਟਾ ਹੈ ਉਹ ਆਦਨ ਬਾਲ ਜੇ ਜਿਸ ਤਰ੍ਹਾਂ ਥੀ ਹੁੰਦੇ ਨਾ ਛੋਟੇ ਹੀ ਰਹੇ ਹੁੰਦੇ ਮੈਂ ਖਰਾਬ ਦਾ ਟਾਈਮ ਹੈ ਅਸਾਂ ਤਾਂ ਹੈ ਫ੍ਰੀਲਾਂਸਰ ਲਿਆਜ਼ਾ ਤੂੰ ਸਾਡੇ ਇਕੱਠੇ ਖਾ ਕਿਆ ਪਾਪੜ ਕਿਵੇਂ ਹੁਣ ਸਰ ਤੁਸੀਂ ਜਦ ਡਾਲਰ ਕਮਾਉਂਦੇ ਆ ਡਾਲਰ ਕਮਾਉਣਾ ਸੁੱਖਾ ਹੈ ਜਾਂ ਦੁੱਖਾ ਹੈ ਸੁੱਖਾ ਹੀ ਹੈ ਦੁੱਖਾ ਵੀ ਹੈ ਜ਼ੋਰ ਦਾ ਲਾ ਬੰਦੇ ਵਾਲਾ ਨਹੀਂ ਸੁੱਖ ਹੀ ਹੈ ਦੁੱਖ ਹੀ ਹੈ ਮਿਹਨਤ ਸੁੱਖਾ ਕਿਵੇਂ ਹੈ ਤੇ ਦੁੱਖਾ ਕਿਵੇਂ ਹੈ ਮਿਹਨਤ ਕਰੇ ਬੰਦਾ ਉਹਦੇ ਵਾਸਤੇ ਯਾਨੀ ਕਿ ਜੇ ਚੀਜ਼ਾਂ ਚਾਹੀਦੀਆਂ ਹੋ ਜਾਣ ਲੈਪਟਾਪ ਵਗੈਰਾ ਪੈਸੇ ਆਪਣੇ ਥੋੜ੍ਹੇ ਮੈਂ ਤਾਂ ਮਿਹਨਤ ਉਹ ਸਾਰੇ ਡਿਮਾਂਡ ਜਿਹੜਾ ਤਗਾਰੀ ਚਾਹੁੰਦੇ ਉਹ ਵੀ ਕਰਿੰਦੇ ਠੀਕ ਹੈ ਉਹ ਕਰਿੰਦਾ ਉਹ ਸੀ ਉਹ ਵੀ ਮਿਹਨਤ ਕਰਿੰਦੇ ਲੇਕਿਨ ਇਹ ਜਿਹੜਾ ਤੁਸੀਂ ਕੰਮ ਕਰਿੰਦੇ ਬੈਠੇ ਇਹਨਾਂ ਦਾ ਮਿਹਨਤ ਦਾ ਮਤਲਬ ਮੰਨ ਲਓ ਤੁਸੀਂ ਗੱਲ ਟੁੱਕ ਕਹਿੰਦਾ ਪਿਆ ਇਹਨਾਂ ਦਾ ਮਿਹਨਤ ਦਾ ਮਤਲਬ ਹੈ ਆਪਣੇ ਕੰਮ ਨਾਲ ਮੁਖਲੇ ਸਿਵੋ ਆਪਣਾ ਕੰਮ ਸਿੱਖੋ ਪ੍ਰੋਪਰ ਸਿੱਖਣ ਦੇ ਬਾਅਦ ਭਲਾ ਤੁਸੀਂ ਆਖ ਸਕਦੇ ਵੇ ਕਿ ਆਇਆ ਤੁਸੀਂ ਕਰ ਸਕਦੇ ਵੇ ਜਾਂ ਨਾ ਸਿੱਖਣ ਜ਼ਰੂਰੀ ਹੈ ਜਲੇ ਸਿੱਖ ਨੂੰ ਭਲਾ ਤੁਸੀਂ ਇਹ ਸਾਰਿਆਂ ਸ਼ਹੀ ਖਾ ਸਕਦੇ ਵੇ ਇਹ ਤੁਹਾਕੋ ਅਗਰ ਨਜ਼ਰ ਆਵਣ ਇਹ ਸਾਰਿਆਂ ਸ਼ਹੀ ਅਵੇਲੇਬਲ ਹਨ ਭਲਾ ਪਿੱਛੇ ਤੁਸੀਂ ਖਾਓ ਐਸ਼ ਕਰੋ ਮਜ਼ੇ ਕਰੋ ਚਾਹੇ ਚੰਗੀ ਬੜੀ ਪਿਆ ਗੋਦਾ ਚਾਹੇ ਪੀ ਸਕਦੇ ਮੈਂ ਤੁਸੀਂ ਸਾਰਿਆਂ ਕੋ ਸਤਿ ਬਿਸਮਿਲ੍ਲਾ ਅਲਹਮਦੁਲਿਲਾ ਅਸੀਂ ਅਜ਼ਾਨਾਂ ਥੀਆਂ ਪੈਣ ਅਤੇ ਅਜ਼ਾਨਾਂ ਦੇ ਟਾਈਮ ਇਹ ਸਾਡਾ ਨਾਸ਼ਤਾ ਦੇ ਗਿਨਾ ਮੈਂ ਤਾਂ ਤੁਸੀਂ ਜਿਹੜੀ ਸ਼ੈ ਖਾਓ ਖਜੂਰਾਂ ਨਾਲ ਲਾਜ਼ਮੀ ਖਾਦਿਆਂ ਕਰੋ ਖਜੂਰੇ ਸੀ ਬਰਕਤ ਹੈ ਖਜੂਰੇ ਨਾਲ ਕਸ਼ਾ ਰਲਦੀ ਨਹੀਂ ਅਤੇ ਪਾਪੜ ਨਾਲ ਕਸ਼ਾ ਸਜਦੀ ਨਹੀਂ ਕਿਵੇਂ ਅਸੀਂ ਮਜ਼ਾ ਆਉਂਦਾ ਪਿਆ ਪੱਕੀ ਗੱਲ ਹੈ ਕਿਤਨਾ ਲੋਕ ਇਹ ਟਾਈਮ ਤਸਬੀਹ ਪੜ੍ਹਦੇ ਬੈਠੇ ਤੁਸੀਂ ਪਾਪੜ ਦੇ ਦੋਰ ਹੈ ਅਸੀਂ ਨਮਾਜ਼ ਪੜ੍ਹ ਲੈਂਦੇ ਸੀ ਪੜ੍ਹੇ ਤਾਂ ਅਸੀਂ ਕੰਮ ਕਰ ਬੈਠੇ ਸੀ ਆਈਡੀਆਂ ਬੜੇ ਦੇ ਬੈਠੇ ਅਸੀਂ ਫਾਈਬਰ ਦੇ ਅਤੇ ਉਹਦੇ ਨਾਲ ਵਾਲਾ ਅਸਾਂ ਖਾਵਣ ਪੀਵਣ ਦਾ ਆਹਰੀ ਨਾਲ ਸ਼ੁਰੂ ਕਰ ਦਿੱਤੇ ਸੀ ਥੱਕ ਪਾਉਂਦੇ ਬੰਦਾ ਕੰਮ ਕਰ ਕਰਕੇ ਹਾਂ ਇੰਤਜ਼ਾਰ ਬਈ ਡਾਲਰ ਕਮਾਉਣ ਦਾ ਸ਼ੌਕ ਹੈ ਬਹੁਤ ਜ਼ਿਆਦਾ ਸੱਚੀ ਗੱਲ ਹੈ ਸੱਚੀ ਗੱਲ ਮੈਂ ਗਾੜੀ ਦੱਸੀ ਮੈਂ ਕਿਹੜੀ ਗਾੜੀ ਗਿੰਦੇ ਪਵੇ ਨਾ ਦੱਸ ਦਿਓ ਨਹੀਂ ਮੈਂ ਮੇਰਾ ਸਾਈਕਲ ਸਹੀ ਹੈ ਨਾ ਨਾ ਗਾੜੀ ਦੱਸ ਦਿਓ ਜੇ ਰਿਹਾ ਤੇ ਪਿਆ ਵਾ ਤੁਹਾਡੀ ਗਾੜੀ ਹੋ ਸੀ ਉਹ ਤਾਂ ਮੇਰੀ ਅੱਛਾ ਮੇਰੀ ਦੱਸ ਦਿਓ ਆਪ ਦੱਸੋ ਬਹੁਤ ਵੱਡੀ ਗਾੜੀ ਆਉਣ ਵਾਲੀ ਆ ਹਾਲੇ ਚਾਹ ਪਿਓ ਚਾਹ ਠਰ ਰਹੀ ਸੀ ਐਸੇ ਇਸਲਾਮਾਬਾਦ ਦੀ ਚਾਹ ਚੰਗੀ ਹੈ ਜਾਂ ਬਹਾਵਲਪੁਰ ਦੀ ਇਸਲਾਮਾਬਾਦ ਦੀ ਹਾਏ 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 ਕਿਆ ਬਾਤ ਹੈ